ऐसा नाम निरंजन हो, ऐसा नाम निरंजन हो, ऐसा नाम, ऐसा नाम निरंजन। सरदार गुरमुख सिंह जी की अंतम अरदास शामिल होने वास्ते बहुत ही हो आओ कुछ मिनटों वास्ते आपको अपने ख्यालों मन विरतियों शब्द विचार जोड़न की खेचला करिए। गुरमुख सरदार गुरमुख सिंह जी जो अचंजे बिना किसी ढिल मठ बीमारी तो अचंजे विछोड़ा दे गए हैं परिवार को, वो चले गए ने ते आपने चले जाना, नांगे आवना नांगे जाना। नांगे तो भाव है कि मनुख खाली हाथ संसार में आता है तो खाली हाथ चलिया जाता है। नांगे आवना नांगे जाना हर हुक्म भया क्या कीजै। हरी वाहिगुरु जी परमात्मा परमेश्वर जी का इहो ही हुक्म है, उहदे हुक्म दे अगे किसी का जोर नहीं चल सकता। हर हुक्म भया क्या कीजै, फिर की करिया जा सकता है, भाव कुछ नहीं करिया जा सकता। मनुख की भावें जिनी मर्जी लोड़ होवे समाज नूं देश नूं धर्म नूं परिवार नूं, जदों अकाल पुरख वाहिगुरु जी का सद्दा आ जाता है, उहदा हुक्म आ जाता है, ते उहदे हुक्म दे अगे फिर साडा कोई जोर नहीं चलता, क्योंकि असीं उहदे हुक्म दे विच ही आए हाँ ते उहदे हुक्म दे विच ही असीं जगत दे विच रहि रहे हाँ, उहदे हुक्म दे विच ही असीं तुर जाणा। फिर जो जपजी साहब पढ़ते आप महाराज ने हुक्म का किन्नी विस्थार ज्ञान व्याख्या की है, हुक्मी होवन आकार, हुक्म ना कहे आ जाई, हुक्मी होवन जी, हुक्म मिले वडियाई, हुक्मी उत्तम नीच, हुक्म लिख दुख सुख पाई है। राम रतन शब्द सदा नाम बन सारे नाम चंगे
ਸਾਹਿਬ ਅਰਦਾਸ ਕੀ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਭਗਵਤੀ ਜੀ ਸਹਾਈ ਬਾਤ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਰੀ ਪ੍ਰਥਮ ਭਗਵਤੀ ਸੁਣਤੀ ਹੈ ਪਾਤਸ਼ਾਹ ਜੀ ਕਿਰਪਾ ਕਰਕੇ ਮੰਜੂਰ ਕਰ ਲੈਣੀ ਪਾਤਸ਼ਾਹ ਜੀ ਉਹ ਆਦਿ ਦਾ ਫਰਮਾਨ ਹੈ ਜਿਹਾ ਜੀ ਵੀ ਲਿਖਿਆ ਤੇਹਾ ਹੁਕਮ ਕਮਾਹੇ ਭਲੇ ਆਵ ਹੈ ਨਾਨਕਾ ਸਦੈ ਉੱਠੀ ਜਾਹੇ ਰਾਣਾ ਰਾਉ ਨਾ ਕੁਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ ਦੇ ਮਹਾਂਵਾਕਾ ਅੰਸਾ ਪਾਤਸ਼ਾਹ ਜੀ ਉਹ ਆਪ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਸਵਾਸਾ ਰੂਪੀ ਕੁੰਜੀ ਨੂੰ ਭੁਗਦਿਆਂ ਹੋਇਆਂ ਆਪ ਜੀ ਦੇ ਦਰ ਸਾਡੇ ਵਿਦਵਾਨ ਸਰਬਾਸੀ ਭਾਈ ਸਾਹਿਬ ਭਾਈ ਗੁਰੂ ਸਿੰਘ ਜੀ ਬੇਦੀ ਆਪ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਸਵਾਸਾ ਰੂਪੀ ਕੁੰਜ ਨੂੰ ਭੁਗਦਿਆਂ ਹੋਇਆਂ ਪਾਤਸ਼ਾਹ ਜੀ ਇਸ ਲੋਕ ਗਮਨ ਕਰਕੇ ਸੰਤ ਪਾਤਸ਼ਾਹ ਜੀ ਉਹਨਾਂ ਦੇ ਆਤਮ ਸ਼ਾਂਤੀ ਨੂੰ ਮੁੱਖ ਰੱਖਦਿਆਂ ਹਾਂ ਵਿਚਰੀ ਹੋਈ ਜੀਵ ਆਤਮਾ ਦੇ ਭਲੇ ਦੀ ਖਾਤਰ ਸਮੂਹ ਵੇਦੀ ਪਰਿਵਾਰ ਵੱਡੇ ਛੋਟਿਆਂ ਨੇ ਰਲ ਮਿਲ ਇਕੱਤਰ ਹੋ ਕਰਕੇ ਪਾਤਸ਼ਾਹ ਜੀ ਉਗਰਹਿ ਵਿਖੇ ਸ੍ਰੀ ਰੋਜਦਲ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾ ਕੇ ਅੰਮ੍ਰਿਤ ਵੇਲੇ ਭੋਗ ਪਾਏ ਜਾ ਚੁੱਕੇ ਹਨ। ਪਾਤਸ਼ਾਹ ਜੀ ਭੋਗਾਂ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵਿੱਚ ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਦਇਆ ਕਰਨੰ ਦੁੱਖ ਹਰਣੰ ਉਤਰਣੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਦੁੱਖ ਹਰਣੰ ਉਤਰਣੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਪਾਇਆ ਨਿਰਮਲ ਭਏ ਸਰੀਰ ਜਦ ਤੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਸ਼ਤੇਦਾਰ ਦੋਸਤ ਮਿੱਤਰ ਸਖੇ ਸੰਬੰਧੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲਿਆਂ ਦੀ ਕੰਠ ਦੇ ਵਿੱਚੋਂ ਰਸ ਦੇ ਨਾਲ ਕੀਰਤਨ ਸੁਣਿਆ। ਰਾਗੀ ਸਿੰਘਾਂ ਨੇ ਗੁਰੂ ਮਹਾਰਾਜ ਨਾਲ ਜੋੜਨ ਵਾਸਤੇ ਕੀਰਤਨ ਕੀਤਾ। ਜਿਵੇਂ ਕਿ ਪਤਾ ਹੈ ਪਿਛਲੇ ਦਿਨੀ ਸਰਦਾਰ ਗੁਰਮੁਖ ਸਿੰਘ ਜੀ ਅਕਾਲ ਚਲਾਣਾ ਕਰ ਗਏ। ਜੋ ਜੀਵ ਇਸ ਧਰਤੀ 'ਤੇ ਆਇਆ ਇਸ ਜਗਤ ਦੇ ਵਿੱਚ ਆਇਆ ਉਸਨੇ ਦੋਸਤ ਮਿੱਤਰ ਰਿਸ਼ਤੇਦਾਰਾਂ ਦਾ ਰਾਜਸੀ ਪਾਰਟੀਆਂ ਦੇ ਆਗੂ ਸਾਹਿਬਾਨਾਂ ਦਾ ਬਿਨਾਂ ਨਾਮ ਲਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪਰਿਵਾਰ ਵੱਲੋਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਬੱਸ 'ਚ ਅਗਲੇ ਪਾਸੇ ਚਾਰ ਪੰਜ ਬੀਬੀਆਂ ਬੈਠੀਆਂ ਸਨ ਅਗਲੀ ਸੀਟ। ਸਾਰੇ ਰਾਹ ਗੱਲਾਂ ਕਰਦੀਆਂ ਗਈਆਂ, ਕਦੀ ਕੋਈ ਗੱਲ ਕਦੀ ਕੋਈ, ਅਤੇ ਜਥੇ ਨੂੰ ਨਾਲ ਲੈ ਕੇ ਜਿਹੜੀ ਜਗ੍ਹਾ 'ਤੇ ਸਮਾਗਮ ਸੀ ਉੱਥੇ ਚਲੇ ਗਏ।
ਉੱਥੇ ਕਿਸੇ ਦੀ ਡੈਥ ਹੋਈ ਸੀ, ਜਿੱਥੇ ਅਸੀਂ ਕਥਾ ਕਰਨ ਲਈ ਗਏ ਡੈਥ ਹੋਈ ਸੀ ਪਰਿਵਾਰ ਵਿੱਚ। ਅਤੇ ਜਦੋਂ ਪਰਿਵਾਰ ਵਿੱਚ ਪਹੁੰਚੇ, ਪਰਿਵਾਰ ਦੇ ਜਿਹੜੇ ਜੀ ਸਨ ਉਹਨਾਂ ਨੇ ਸਾਨੂੰ ਦੱਸਿਆ, ਕਹਿਣ ਲੱਗੇ ਜਿਹੜੀ ਭੈਣ ਹੈ ਜਿਹਦਾ ਜਵਾਨ ਪਤੀ ਪੂਰਾ ਹੋਇਆ ਵੇ, ਹਜੇ ਥੋੜ੍ਹਾ ਚਿਰ ਵਿਆਹ ਨੂੰ ਹੋਇਆ ਵੇ, ਪਤੀ ਪੂਰਾ ਹੋ ਗਿਆ, ਸਾਜ ਨੂੰ ਆ ਕਿਹਾ ਭੈਣੇ ਚੱਲ ਜੋ ਹੋਇਆ ਵੇ ਤੂੰ ਆਪਣੀ ਜ਼ਿੰਮੇਵਾਰੀ ਸਮਝ। ਮੈਂ ਕਿਹਾ ਆਪਣੇ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈ। ਜਦੋਂ ਮਾਤਾ ਗੁਜ਼ਰ ਕੌਰ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਤੋਰਿਆ, ਉੱਥੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦਿੱਤਾ। ਅਤੇ ਮੈਂ ਭੈਣ ਨੂੰ ਆ ਕਿਹਾ ਭੈਣੇ ਜਦੋਂ ਉਸ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦਿੱਤਾ ਆਪਣਾ ਧਰਮ ਖਾਤਰ, ਅਤੇ ਮੈਂ ਕਿਹਾ ਭੈਣੇ ਗੁਰੂ ਤੇਗ ਅਨੰਦਪੁਰ ਸਾਹਿਬ ਮਾਰਨਾ ਕੀ ਵੀਰ ਜੀ ਸਹੀ ਆਖਦੇ ਹੋ ਜੋ ਗੱਲ ਤੁਸੀਂ ਕਹੀ ਹੈ ਕਿ ਮੇਰੇ ਸਿਰ 'ਤੇ ਜ਼ਿੰਮੇਵਾਰੀ ਬੜੀ ਵੱਡੀ ਹੈ, ਮੈਂ ਜ਼ਿੰਮੇਵਾਰੀ ਨਿਭਾਉਂਦੀ ਹੈ, ਰੋਇਆ ਜ਼ਿੰਮੇਵਾਰੀ ਤੋਂ ਭੱਜਿਆ ਗੱਲ ਨਹੀਂ ਬਣਦੀ। ਉਹ ਭੈਣ ਅੰਦਰੋਂ ਉੱਠ ਕੇ ਜਦੋਂ ਗੁਰਬਾਣੀ ਦਾ ਕੀਰਤਨ ਸ਼ੁਰੂ ਹੋਇਆ, ਕਥਾ ਸ਼ੁਰੂ ਹੋਈ ਅਤੇ ਪੰਡਾਲ ਦੇ ਵਿੱਚ ਆ ਕੇ ਬਹਿ ਗਈ। ਜਦੋਂ ਭੈਣ ਨੇ ਪੰਡਾਲ ਦੇ ਵਿੱਚ ਆ ਕੇ ਬਹਿ ਕੇ ਗੁਰਬਾਣੀ ਦੀ ਵਿਚਾਰ ਸੁਣਨੀ ਸ਼ੁਰੂ ਕੀਤੀ, ਗੁਰਬਾਣੀ ਦੀ ਕਥਾ ਹੋਣ ਲੱਗੀ, ਉਹਨੇ ਬੜਾ ਵੱਡਾ ਜਿਗਰਾ ਕਰ ਲਿਆ ਆਪਣੇ ਅੰਦਰੋਂ ਖੁੱਲ ਲਏ, ਬਾਹਰ ਆ ਕੇ ਬਹਿ ਗਈ। ਜਦੋਂ ਬਾਹਰ ਬੈਠੀ, ਅਸੀਂ ਸਟੇਜ 'ਤੇ ਬੈਠੇ ਹੋਏ ਸੀ ਜੱਥੇ ਦੇ ਨਾਲ, ਮੈਂ ਆਪਣੀ ਅੱਖਾਂ ਨਾਲ ਵੇਖਿਆ ਬਾਹਰਲੇ ਬੱਸੋਂ ਜਿਹੜੀਆਂ ਬੀਬੀਆਂ ਬੱਸ ਵਿੱਚ ਗੱਲਾਂ ਕਰਦੀਆਂ ਹੁੰਦੀਆਂ ਸਨ, ਬੱਸ ਵਿੱਚ ਰੋਲਾ ਪਾਉਂਦੀਆਂ ਸਨ, ਸਾਰੇ ਬੰਦੇ ਤੰਗ ਸਨ ਬੱਸ ਤੋਂ, ਉਹਨਾਂ ਤੋਂ ਉਹ ਬੀਬੀਆਂ ਪੰਡਾਲ ਦੇ ਵਿੱਚ ਆਈਆਂ, ਬਾਹਰੋਂ ਪੰਡਾਲ 'ਚ ਆਈਆਂ, ਪੰਡਾਲ ਵਿੱਚ ਵੜਦਿਆਂ ਸਾਰ ਉਹਨਾਂ ਬੀਬੀਆਂ ਦੇ ਬਾਹਰ ਹੱਸਦੀਆਂ ਹੋਣ, ਜਦੋਂ ਪੰਡਾਲ 'ਚ ਵੜੀਆਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਨਾਲ ਦੀ ਨਾਲ ਚੀਕਾਂ ਕਰਕੇ ਦੁਬਾਰੇ ਬੈਠੀ। ਜਦੋਂ ਬਾਹਰੋਂ ਆ ਕੇ ਬੀਬੀਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ, ਦੋ ਚਾਰ ਚੀਕਾਂ ਮਾਰੀਆਂ, ਉਹਦੇ ਅੰਦਰ ਦੇ ਦਰਦ ਸੀ ਵਿਚਾਰੀ ਪਹਿਲਾਂ ਤੋਂ ਮਾਫਾ ਕੀਤੀ ਸੀ, ਉਹਨੇ ਉਹਨਾਂ ਵੱਲ ਵੇਖ ਕੇ ਰੋਣਾ ਸ਼ੁਰੂ ਕਰ ਦਿੱਤਾ। ਦੋ ਚਾਰ ਮਿੰਟ ਹੋਈ, ਅਸੀਂ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਉਸ ਭੈਣ ਨੂੰ ਦੰਦਲ ਪੈ ਗਈ, ਦੰਦਲ ਪੈਣ ਤੋਂ ਬਾਅਦ ਜ਼ਮੀਨ 'ਤੇ ਲੇਟ ਗਈ, ਸਾਰੇ ਪਰਿਵਾਰ ਨੇ ਬੜਾ ਜ਼ੋਰ ਲਾਇਆ, ਦੰਦਲ ਨਾ ਖੁੱਲ੍ਹੀ, ਅਤੇ ਅਖੀਰ ਸਾਰੇ ਪਰਿਵਾਰ ਨੂੰ ਭੈਣ ਨੂੰ ਗੱਡੀ 'ਚ ਪਾਇਆ, ਗੱਡੀ 'ਚ ਪਾ ਕੇ ਹੋਸਪਿਟਲ ਲੈ ਗਏ। ਉੱਥੇ ਜਾ ਕੇ ਉਸ ਭੈਣ ਦੀ ਜਾਨ ਬਚੀ, ਉੱਥੇ ਜਾ ਕੇ ਉਹਨੂੰ ਡਾਕਟਰਾਂ ਨੇ ਬਚਾਇਆ, ਉਹਦੀ ਜਾਨ ਬਚੀ। ਅਤੇ ਮੈਂ ਗੱਲ ਸੋਚਦਾ ਗਿਆ ਸੀ ਅੱਜ ਹਾਲਾਤ ਨਹੀਂ ਨੇ, ਅਸੀਂ ਆਏ ਅਤੇ ਉਹਨਾਂ ਦਾ ਦਰਦ ਵੰਡਾਉਣ ਵਾਸਤੇ ਇਹੀ ਕਾਰਨ ਆਏ ਸੀ ਨਾ, ਆਪਾਂ ਘਰੋਂ ਤੋਰਦੇ ਹਾਂ ਜਿਹਦਾ ਪਰਿਵਾਰ ਕਿਸੇ ਦੀ ਡੈਥ ਹੋਈ ਹੋਵੇ, ਸਾਡਾ ਆਉਣ ਦਾ ਕਾਰਨ ਕੀ ਹੈ ਕਿ ਪਰਿਵਾਰ ਦਾ ਜਾ ਕੇ ਦਰਦ ਵੰਡਾਈਏ, ਆਏ ਤਾਂ ਦਰਦ ਵੰਡਾਉਣ ਵਾਸਤੇ ਸਨ, ਪਰ ਕੀਤਾ ਕਿ ਜਿਹੜੇ ਪਰਿਵਾਰ ਦਾ ਦਰਦ ਵੰਡਾਉਣ ਆਏ ਸਨ ਉਹਨੂੰ ਵਿਚਾਰੇ ਨੂੰ ਹੋਰ ਦਰਦ ਦੇ ਦਿੱਤਾ। ਇੱਕ ਲਾਸ਼ 'ਤੇ ਪਹਿਲਾਂ ਜੋ ਭੇੜੇ ਸਨ, ਦੂਜੀ ਭੈਣ ਦੀ ਗੱਲ ਨਾ ਚੁਕਾ ਦੇਣੀ ਸੀ ਆਇਆ ਨੇ, ਬਸ ਸਾਨੂੰ ਗੁਰੂ ਸਾਹਿਬ ਨੇ ਇਹਨਾਂ ਪਖੰਡਾਂ 'ਚੋਂ ਬਾਹਰ ਕੱਢਿਆ। ਗੱਲ ਤੋਂ ਜਿਹੜਾ ਦਰਦ ਹੈ ਨਾ ਉੱਥੋਂ ਤੱਕ ਗੱਲ ਠੀਕ ਹੈ। ਮੈਂ ਤਾਂ ਇਹ ਵੀ ਕਹਿੰਦਾ ਕਿ ਜਿਹੜਾ ਬੰਦਾ ਬਾਹਰੋਂ ਆਵੇ ਪਰਿਵਾਰ ਦੇ ਵਿੱਚੋਂ, ਕੋਈ ਬਾਹਰੋਂ ਕੋਈ ਮਿਲਣ ਵਾਸਤੇ ਆਵੇ, ਉਹਨੂੰ ਦਰਦ ਵੀ ਹੋਵੇ ਬੇਸ਼ੱਕ ਪਰਿਵਾਰ ਦਾ, ਉਹਦਾ ਪਰਿਵਾਰ ਵਾਲਿਆਂ ਕੋਲ ਜਾਈਏ ਜਾ ਕੇ ਅੱਥਰੂ ਲੁਕੋ ਲਈਏ, ਪਰਿਵਾਰ ਵਾਲਿਆਂ ਕੋਲ ਜਾ ਕੇ ਅੱਥਰੂ ਲੁਕੋ ਲਈਏ, ਇਹ ਸੋਚੀਏ ਭਾਈ ਸਾਨੂੰ ਰੋਂਦਿਆਂ ਵੇਖ ਕੇ ਮੇਰੀ ਭੈਣ ਫਿਰ ਦੁਬਾਰੇ ਰੋ ਪਈ, ਮੈਨੂੰ ਰੋਂਦਿਆਂ ਵੇਖ ਕੇ ਪਰਿਵਾਰ ਦੇ ਜੀਵ ਹੋ ਪੈਣਗੇ, ਇਹ ਅਸਲ ਪਿਆਰ ਹੈ ਪਰਿਵਾਰ ਦੇ ਨਾਲ। ਜੇ ਆਪਾਂ ਇਹ ਗੱਲ ਸੋਚੀਏ ਕਿ ਭਾਈ ਅਸੀਂ ਉਹਨਾਂ ਨਾਲ ਦਰਦ ਵੰਡਾਉਣ ਵਾਸਤੇ ਆ ਰਹੇ ਹਾਂ, ਸਾਡੇ ਆਉਣ ਦਾ ਕਾਰਨ ਦਰਦ ਵੰਡਾਉਣਾ ਨੇ, ਦਰਦ ਦੇਣਾ ਨਹੀਂ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਵੇ ਜਦੋਂ ਪਰਿਵਾਰ ਵਿੱਚ ਕਿਸੇ ਦੀ ਡੈਥ ਹੋ ਜਾਵੇ ਉਸ ਤੋਂ ਬਾਅਦ ਅਸੀਂ ਰੋਣਾ ਨਹੀਂ, ਸਗੋਂ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਰੱਖੀਏ, ਸਹਿੜ ਪਾਠ ਕਰੀਏ, ਸਾਰਾ ਪਰਿਵਾਰ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣੀਏ। ਸਾਡੇ ਆਉਣ ਦਾ ਫਰਜ਼ ਇਹ ਵੀ ਆਪਾਂ ਬਾਣੀ ਸੁਣੀਏ, ਇਹ ਸਾਡਾ ਮੇਨ ਫਰਜ਼ ਆ। ਜਦੋਂ ਕਿਸੇ ਦੇ ਪਰਿਵਾਰ 'ਚ ਜਾਂਦੇ ਹਾਂ ਇਹੋ ਜਿਹੇ ਹਾਲਾਤ ਹੋਣ, ਉੱਥੇ ਜਾ ਕੇ ਆਪਾਂ ਰੋਈਏ ਨਾ, ਸਗੋਂ ਪਰਿਵਾਰ ਵਾਲਿਆਂ ਨੂੰ ਹੌਸਲਾ ਦੇਈਏ, ਪਰਿਵਾਰ ਵਾਲਿਆਂ ਨੂੰ ਜਾ ਕੇ ਆਖੀਏ ਭਾਈ ਕੋਈ ਗੱਲ ਨਹੀਂ, ਜੇ ਤੁਹਾਡੇ ਪਰਿਵਾਰ ਦਾ ਜੀ ਸਮਾਜ ਤੋਂ ਟਲਿਆ ਵੀ ਗਿਆ ਨਾ, ਅਸੀਂ ਤੁਹਾਡੀ ਮਦਦ ਕਰਾਂਗੇ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਰੋਵੋ ਨਾ, ਇਹ ਸਾਡਾ ਮੇਨ ਆਉਣ ਦਾ ਮਕਸਦ ਹੈ। ਸਤਿਗੁਰੂ ਜੀ ਨੇ ਜਿਹੜੀ ਗੱਲ ਆਖੀ ਹੈ, ਗੁਰਦੇਵ ਜੀ ਨੇ ਜੋ ਬਚਨ ਆਖੇ ਨੇ, ਇੱਕ ਵਾਰ ਦੁਬਾਰੇ ਕਰਾ ਕੇ ਪੜ੍ਹ ਦੇਵੋ, ਸਤਿਗੁਰੂ ਜੀ ਜੋ ਵਿਚਾਰਾਂ ਦੇ ਰਹੇ ਨੇ ਗਾ ਕੇ ਪੜ੍ਹ ਦੇ। ਇਸ ਸਮਾਜ ਵਿੱਚ ਰਹਿਣਾ ਤੇ ਤੂੰ ਵੀ ਨਹੀਂ ਹੈ, ਇਹ ਜ਼ਿੰਦਗੀ 'ਚ ਗੱਲ ਵਿਚਾਰ, ਤੂੰ ਰੋਣਾ ਛੱਡ,
ਸਗੋਂ ਇਹ ਸਮਾਂ ਦੇ ਇਸ ਸਮੇਂ ਨੂੰ ਵਿਚਾਰ ਕਿਸੇ ਹੋਰ ਦੇ ਸਮਾਜ ਤੋਂ ਜਾਂਦਿਆਂ ਵੇਖ ਕੇ ਨਾ ਕਿ ਜਦੋਂ ਕੋਈ ਦੂਜਾ ਜਾਂਦਾ ਵੇ ਦੂਜਿਆਂ ਨੂੰ ਜਾਂਦਿਆਂ ਵੇਖ ਕੇ ਆਪਣੇ ਜੀਵਨ 'ਚ ਚੰਗੇ ਕੰਮ ਕਰ ਜਿਹੜੇ ਕੰਮ ਲਈ ਤੈਨੂੰ ਜੀਵਨ ਮਿਲਿਆ ਉਹ ਕੰਮ ਕਰ। ਬਾਬਾ ਫਰੀਦ ਜੀ ਨੇ ਬੜੇ ਕਮਾਲ ਦੇ ਬਚਨ ਆਖੇ ਨੇ ਸਾਹਿਬ ਜੀ ਆਖਦੇ ਨੇ ਆਪਣੀ ਪਾਵਨ ਬਾਣੀ ਵਿੱਚ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇ। ਗੁਰਦੇਵ ਜੀ ਆਖਦੇ ਭਾਈ ਇਹ ਜਿਹੜਾ ਸਮਾਂ ਵੇ ਨਾ ਤੇਰਾ ਇਹ ਸਮਾਂ ਤੈਨੂੰ ਮਿਲਿਆ ਵੀ ਆਪਣੇ ਜੀਵਨ ਸਫਲ ਕਰਨ ਵਾਸਤੇ। ਉਦਾਹਰਨ ਬੜੀ ਪਿਆਰੀ ਵਰਤੀ ਹੈ ਸਤਿਗੁਰੂ ਜੀ ਨੇ ਆਖਦੇ ਨੇ ਜਦੋਂ ਜਿਹੜਾ ਬੰਦਾ ਦਰਿਆਵਾਂ ਦੇ ਵਿੱਚ ਜਿਹੜੇ ਬੇੜੇ ਚਲਾਉਂਦੇ ਨੇ ਜਹਾਜ਼ ਚਲਾਉਂਦੇ ਨੇ ਜਹਾਜ਼ ਨੂੰ ਚਲਾਉਣ ਵਾਲੇ ਨੇ ਜਿਹੜੇ ਸਮੁੰਦਰ ਦੇ ਵਿੱਚ ਕਿਸ਼ਤੀਆਂ ਚਲਾਉਣ ਵਾਲੇ ਨੇ ਉਹ ਪਤਾ ਕੀ ਕਰਦੇ ਨੇ ਜਦੋਂ ਇੱਕ ਪਾਸੇ ਤੋਂ ਦੂਜੇ ਕਿਨਾਰੇ 'ਤੇ ਕਿਸ਼ਤੀ ਲੈ ਕੇ ਜਾਂਦੇ ਨੇ ਜਦੋਂ ਦੂਜੇ ਕਿਨਾਰੇ 'ਤੇ ਕਿਸ਼ਤੀ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਨਾ ਇੱਕ ਕਿੱਲਾ ਕੱਢਿਆ ਹੁੰਦਾ ਵੀ ਜਾਂ ਕੋਈ ਰੱਸੀ ਬੰਨੀ ਹੁੰਦੀ ਆ ਉਸ ਰੱਸੀ ਦੇ ਨਾਲ ਫੜ ਕੇ ਜਿਹੜੀ ਕਿਸ਼ਤੀ ਉਹਨੂੰ ਬੰਨ੍ਹ ਦਿੰਦੇ ਨੇ ਆਖਦੇ ਨੇ ਬੰਦਿਆ ਬੇੜਾ ਬੰਨ੍ਹ ਨਾ ਸਕਿਓ ਜਿਵੇਂ ਕਿਸ਼ਤੀ ਨੂੰ ਚਲਾਉਣ ਵਾਲੇ ਨੇ ਜਾ ਕੇ ਮਲਾਹ ਨੇ ਜਾ ਕੇ ਕਿਨਾਰੇ 'ਤੇ ਜਾ ਕੇ ਬੇੜੇ ਨੂੰ ਬੰਨ੍ਹ ਦਿੱਤਾ ਆਪਣੇ ਬੇੜੇ ਨੂੰ ਜਾ ਕੇ ਰੱਸੀ ਨਾ ਬੰਨ੍ਹ ਦਿੱਤਾ ਕਿਤੇ ਜਦੋਂ ਪਾਣੀ ਵੱਧ ਜਾਵੇ ਰੋੜੀ ਨਾ ਜਾਵੇ। ਸਤਿਗੁਰੂ ਜੀ ਕਹਿੰਦੇ ਕਮਲਿਆ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਐਵੇਂ ਆ ਇਸ ਸਮਾਰ ਦੇ ਵਿੱਚ ਤੇਰੇ ਤੋਂ ਲਹਿਰਾਂ ਉੱਠੀਆਂ ਪਈਆਂ ਨੇ ਪੰਜ ਵਿਕਾਰਾਂ ਦੀਆਂ ਇਹਨਾਂ ਦੇ ਵਿੱਚ ਤੂੰ ਆਪਣੇ ਜ਼ਿੰਦਗੀ ਦੇ ਬੇੜੇ ਨੂੰ ਬੰਨਿਆ ਹੀ ਨਹੀਂ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇੜਾ ਜਦੋਂ ਬੰਨਣ ਦਾ ਸਮਾਂ ਸੀ ਨਾ ਬੇੜੇ 'ਤੇ ਉਦੋਂ ਤੂੰ ਹੋਰ ਪੰਗਿਆਂ ਵਿੱਚ ਪਿਆ ਰਿਹਾ ਗਲਤ ਪਾਸੇ ਤੁਰਿਆ ਰਿਹਾ ਜਦੋਂ ਬੰਨਣਾ ਸੀ ਉਦੋਂ ਗਲਤ ਪਾਸੇ ਤੁਰਿਆ ਰਿਹਾ ਜ਼ਿੰਦਗੀ ਸੀ ਜਦੋਂ ਜਦੋਂ ਸਮਾਂ ਸੀ ਉਸ ਸਮੇਂ ਵਿੱਚ ਤੂੰ ਆਪਣੀ ਜ਼ਿੰਦਗੀ ਦਾ ਬੇੜਾ ਬੰਨਿਆ ਹੀ ਨਹੀਂ ਅਤੇ ਬਾਅਦ 'ਚੋਂ ਕੀ ਹੋਇਆ ਭਾਰਤ ਸਰੋਵਰ ਜਦ ਉਛਲ ਹੈ ਜਦੋਂ ਪਾਣੀ ਜ਼ਿਆਦਾ ਹੋ ਗਿਆ ਪਾਣੀ ਦੀਆਂ ਛਮਾਂ ਵਜੀਆਂ ਫਿਰ ਤੈਰਨਾ ਵੀ ਔਖਾ ਹੋ ਗਿਆ ਤੈਰ ਕੇ ਪਾਰ ਨਹੀਂ ਕੀਤਾ ਜਾਂਦਾ। ਸਤਿਗੁਰੂ ਜੀ ਕਹਿੰਦੇ ਭਾਈ ਸਮਾਂ ਵੇ ਇਸ ਸਮੇਂ ਵਿੱਚ ਆਪਣੀ ਜ਼ਿੰਦਗੀ ਦੇ ਬੇੜੇ ਨੂੰ ਬੰਨ ਲੈ ਜੇ ਸਮਾਂ ਲੰਘ ਗਿਆ ਬੇੜਾ ਸਮੇਂ ਨਾਲ ਨਾ ਬੰਨਿਆ ਅਤੇ ਬਾਅਦ 'ਚੋਂ ਪਛਤਾਉਣਾ ਹੀ ਪੈਣਾ ਅਤੇ ਸਤਿਗੁਰੂ ਜੀ ਨੇ ਗੁਰਦੇਵ ਨੇ ਗੱਲ ਆਖੀ ਹੈ ਭਾਈ ਹੁਣ ਇਹ ਸਮਾਂ ਰੋਣ ਵਾਸਤੇ ਨਹੀਂ ਸਗੋਂ ਇਸ ਸਮੇਂ ਦੇ ਵਿੱਚ ਕਿਸੇ ਦੂਜੇ ਨੂੰ ਸਮਾਜ ਵਿੱਚੋਂ ਜਾਂਦਿਆਂ ਵੇਖ ਕੇ ਤੂੰ ਆਪਣੀ ਜ਼ਿੰਦਗੀ ਦੇ ਜਿਹੜੇ ਮੁੱਖ ਕੰਮ ਨੇ ਉਹਨਾਂ ਨੂੰ ਕਰ ਜਿਨ੍ਹਾਂ ਕਰਕੇ ਤੂੰ ਸਮਾਜ ਵਿੱਚ ਆਇਆ ਵੇ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾ ਅੱਗੇ ਜਾ ਕੇ ਪੜ ਜਾ। ਪਰਮ ਮੋਹ ਕੇ ਬੰਦੇ ਬੰਦ ਸੁਭਨ ਪਿਆ ਪਖਲਾਏ ਅੰਦ ਇੱਕ ਵਾਰ ਫਿਰ ਜਾ ਕੇ ਪੜ ਜਾ। ਅਗਲੀ ਕਿਚ ਖਬਰ ਨਾ ਪਾਈ ਰੋਵ ਨਹਾਰ ਪਿਊਟ ਸਿਧਾਈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਪਿਆ ਪਖਲਾਏ ਅੰਦ। ਸਾਹਿਬ ਜੀ ਆਖਦੇ ਨੇ ਭਾਈ ਸਾਨੂੰ ਆਪਣੇ ਮੋਹ ਕਰਕੇ ਲੱਗਦਾ ਵੀ ਕਿ ਕੋਈ ਸਮਾਜ ਵਿੱਚ ਚਲਿਆ ਗਿਆ ਹੋਵੇ ਕੋਈ ਮਰ ਗਿਆ ਹੋਵੇ ਕਿਉਂਕਿ ਅਸੀਂ ਮੋਹ ਵਿੱਚ ਬੰਨੇ ਹੋਏ ਹਾਂ ਇਸ ਮੋਹ ਦੇ ਵਿੱਚੋਂ ਇਸ ਧਰਮ ਦੇ ਵਿੱਚੋਂ ਬਾਹਰ ਨਿਕਲੀਏ ਬਾਣੀ ਨਾ ਜੁੜੀਏ ਅੱਗੇ ਪੜ੍ਹੀਏ। ਇਹ ਤੌਰ ਜਿਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਪਰਮਾਤਮਾ ਦੀ ਰਚਨਾ ਰਚੀ ਹੋਈ ਹੈ ਕਿ ਸਮਾਜ ਵਿੱਚ ਆਉਣਾ ਜਾਣਾ ਜਿਹੜਾ ਲੱਗਾ ਹੋਇਆ ਪਰਮਾਤਮਾ ਦੀ ਰਚਨਾ ਦੇ ਵਿੱਚ ਹੀ ਹੈ ਕੋਈ ਜਾਗਦਾ ਮਰਦਾ ਨਹੀਂ ਇਹ ਸਾਡਾ ਸਿਰਫ ਭੁਲੇਖਾ ਵੇ ਕਿਉਂਕਿ ਮੋਹ ਵਿੱਚ ਆ ਨਾ ਪਰਮਾਤਮਾ ਹੀ ਮਰਦਾ ਵੇ ਅਤੇ ਨਾ ਜਿਹੜੇ ਪੰਜ ਤੱਕ ਨੇ ਉਹ ਵੀ ਨਹੀਂ ਮਰਦੇ ਉਹ ਆਪਣੇ ਤੱਤਾਂ ਵਿੱਚ ਜਾ ਕੇ ਦੁਬਾਰੇ ਸਮਾਜ ਕਰਦੇ ਅੱਗੇ ਪੜ੍ਹਦੇ ਮੈਂ ਬਿਨ ਅਬਿਨਾਸੀ ਹੋ। ਸਤਿਗੁਰੂ ਜੀ ਆਖਦੇ ਨੇ ਮਰਦਾ ਕੋਈ ਨਹੀਂ ਜਿਹੜਾ ਪਰਮਾਤਮਾ ਦੇ ਉਹਦੀ ਜਿਹੜੀ ਜੋਤ ਹੈ ਉਹਦੇ ਸਦਾ ਵਿਨਾਸ਼ੀ ਹੈ ਉਹ ਨਾਸ਼ ਨਹੀਂ ਹੁੰਦੀ ਪਰ ਸਾਨੂੰ ਹੀ ਭੁਲੇਖਾ ਵੇ
ਉਹਦੇ ਸਦਾ ਹੀ ਜਿਹੜੀ ਉਹਦੀ ਜੋਰ ਦੇ ਵਿਗੜ ਕੇ ਫਿਰ ਜਾ ਕੇ ਉਹਦੇ ਵਿੱਚ ਸਮਾ ਜਾਂਦੀ ਹੈ। ਅਖੀਰਲਾ ਬੰਦ ਕਰ ਦੋ ਜੀ ਕਰ ਜੋ ਇਹੋ ਜਾਣੋ ਸੋ ਇਹੋ ਨਾਹੀ ਜਾਣਨ ਹਾਰੇ ਕੋ ਬਦ ਜਾਓ। ਸਤਿਗੁਰੂ ਜੀ ਆਖਦੇ ਨੇ ਜਿਹੜਾ ਇਸ ਖੇਡ ਨੂੰ ਸਮਝ ਲੈਂਦਾ ਵੇ ਪਰਮਾਤਮਾ ਦੇ ਕੁਦਰਤ ਨੂੰ ਸਮਝ ਲੈਂਦਾ ਵੇ ਮੈਂ ਉਹਦੇ ਤੋਂ ਬਲਿਹਾਰੇ ਜਾਂਦਾ ਵਾ। ਜਿਹੜੇ ਬੰਦੇ ਨੂੰ ਇਸ ਗੱਲ ਨੂੰ ਸਮਝ ਆ ਜਾਵੇ ਸਰ ਕਹੋ ਨਾਮ੍ਰਿਤ ਗੁਰ ਪਰਮ ਚੁਕਾਇਆ ਨਾ ਕੋਈ ਮਰੈ ਨਾ ਆਵੇ ਜਾਇਆ। ਸਤਿਗੁਰੂ ਜੀ ਆਖਦੇ ਨੇ ਭਾਈ ਜਿਹੜਾ ਇਹ ਧਰਮ ਹੈ ਇਸ ਧਰਮ ਨੂੰ ਸਿਰਫ ਗੁਰੂ ਹੀ ਦੂਰ ਕਰਦਾ ਵੇ ਬੰਦੇ ਦੇ ਜੀਵਨ ਵਿੱਚੋਂ ਕਿ ਉਹ ਪਰਮਾਤਮਾ ਸਮਾਜ ਵਿੱਚ ਸਦਾ ਰਹਿਣ ਵਾਲਾ ਵੇ ਉਹਦੇ ਕਰਕੇ ਸਾਰੇ ਸਰੀਰ ਚੱਲਦੇ ਪਏ ਨੇ ਅਤੇ ਜਿਹੜਾ ਸਾਰਾ ਕੁਛ ਚਲਾਉਣ ਵਾਲਾ ਵੇ ਉਹ ਕਦੀ ਮਰਦਾ ਨਹੀਂ। ਇਹ ਭਗਤ ਨੂੰ ਸਿਰਫ ਗੁਰੂ ਹੀ ਦੂਰ ਕਰ ਸਕਦਾ ਵੇ। ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਦੀ ਵਿਚਾਰ ਸੁਣੀ ਹੈ। ਇੱਕ ਵਾਰ ਸਾਰੀ ਸੰਗਤ ਨੇ ਦੁਆਰੇ ਫਿਰ ਦੇਖੀ ਆ ਭਾਈ ਆਪਾਂ ਸਾਰੇ ਬੜੇ ਪਿਆਰ ਨਾਲ ਬਹਿ ਜਾਈਏ ਜਿਹੜੀ ਹਿੰਦੂ ਬਣਾਈ ਹੋਈ ਹੈ ਕਈ ਆਪਸ ਵਿੱਚ ਗੱਲਾਂ ਕਰੀ ਜਾਂਦੇ ਨੇ। ਬੇਨਤੀ ਆ ਉਹਨਾਂ ਭੈਣਾਂ ਨੂੰ ਭਾਈ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੜੇ ਪਿਆਰ ਦੇ ਨਾਲ ਬਹੀਏ। ਇੱਕ ਮੈਂ ਛੋਟੀ ਜਿਹੀ ਗੱਲ ਕਹਾਂ ਵੈਸੇ ਸਿਆਣੇ ਹੋਣ ਦੇ ਸਾਰੇ ਉਸ ਗੱਲ ਤੋਂ ਸਮਝ ਜਾਣ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਤਿਆਰ ਕੀਤਾ ਨਾ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਇਤਿਹਾਸਕਾਰ ਲਿਖਦੇ ਨੇ ਕਿ ਉਸ ਸਮੇਂ ਨਾ ਜਦੋਂ ਮਹਾਰਾਜ ਨੇ ਅੰਮ੍ਰਿਤ ਸੰਚਾਰ ਕੀਤਾ ਜਦੋਂ ਪੰਜ ਸਿੰਘਾਂ ਦੀ ਮੰਗ ਕੀਤੀ ਉਸ ਸਮੇਂ ਲੱਖ ਲੱਖ ਦੇ ਕਰੀਬ ਬੰਦੇ ਦਾ ਇਕੱਠ ਸੀ। 1 ਲੱਖ ਦੇ ਕਰੀਬ ਬੰਦਾ ਉਸ ਸਮੇਂ ਇਕੱਠਾ ਹੋਇਆ ਸੀ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ। ਪਰ ਗੱਲ ਸਮਝਿਓ ਜੀ, ਲੱਖ ਬੰਦਾ ਇਕੱਠਾ ਹੋ ਗਿਆ ਕੀ ਪੁਰਾਣੇ ਸਮੇਂ ਵਿੱਚ ਸਾਊਂਡ ਹੁੰਦਾ ਸੀ ਜੀ? ਗੁਰੂ ਗੋਬਿੰਦ ਸਿੰਘ ਦੇ ਸਮੇਂ 'ਚ ਸਾਊਂਡ ਹੈ ਸੀ ਜੀ? ਸਪੀਕਰ ਹੈਗੇ ਸਨ ਜੀ? ਨਹੀਂ ਸਨ ਹੁੰਦੇ ਨਾ ਸਾਊਂਡ ਦੇ ਨਾ ਸਪੀਕਰਾਂ ਵਾਲਾ ਸਿਸਟਮ ਸੀ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਹਾੜ ਦੇ ਖਲੋ ਕੇ ਬੋਲਦੇ ਸਨ ਨਾ ਸੁਣਦਾ ਸਾਰਿਆਂ ਨੂੰ ਸੀ, ਸੁਣਦਾ ਸਾਰਿਆਂ ਨੂੰ ਸੀ। ਕਿਉਂ ਸੁਣਦਾ ਸੀ? ਕਿਉਂਕਿ ਉਸ ਸਮੇਂ ਜਿਹੜੇ ਸਿੱਖ ਇਕੱਠੇ ਹੋਏ ਸਨ ਨਾ ਉਹ ਗੁਰੂ ਦੀ ਗੱਲ ਨੂੰ ਸੁਣਨ ਵਾਸਤੇ ਇਕੱਠੇ ਹੋਏ ਸਨ। ਉਹ ਸਾਰੇ ਗੁਰੂ ਦੀ ਗੱਲ ਸੁਣਨਾ ਚਾਹੁੰਦੇ। ਇਕੱਲੇ ਬੋਲ ਨੂੰ ਸੁਣੋ, ਜੋ ਗੁਰੂ ਸਾਹਿਬ ਆਖਦੇ ਨੇ ਆਪਣੇ ਜੀਵਨ ਵਿੱਚ ਲੈ ਕੇ ਆਓ। ਹੁਣ ਇੱਕ ਬੇਨਤੀ ਹੈ, ਭਾਈ ਹਰਜਿੰਦਰ ਸਿੰਘ ਜੀ ਸਾਡੇ ਵਿੱਚ ਮੌਜੂਦ ਨੇ, ਉਹਨਾਂ ਨੇ ਗੁਰਬਾਣੀ ਦੇ ਇੱਕ ਸ਼ਬਦ ਦੇ ਨਾਲ ਹਾਜ਼ਰੀ ਭਰਨੀ ਹੈ। ਸੰਗਤ ਨੂੰ ਬੇਨਤੀ ਹੈ ਭਾਈ ਭਾਵੇਂ ਮੱਥਾ ਬਾਅਦ 'ਚੋਂ ਟੇਕ ਲਿਓ, ਜਿੱਥੇ ਵੀ ਜਗ੍ਹਾ ਮਿਲੇ ਉੱਥੇ ਬਹਿ ਕੇ ਖਾਲਸਾ ਵਾਹਿਗੁਰੂ
Thank you.
हर भगतन को नाम अदाग संती गीता जन्म अपार जन्म अपार हर संत करे
ਆਪੋ ਆਪਣੇ ਖਿਆਲਾਂ ਨੂੰ
मनवृत्तियों शब्द विचार जोड़न की खेचला करिए। गुरमुख सरदार गुरमुख सिंह जी जो अचनचे बिना किसी ढिलमट बीमारी तो अचनचे विछोड़ा ले गए हैं परिवार में, वो चले गए ने ते आपने चले जाना। नांगे आवना नांगे जाना, नांगे तो भाव है कि मनुख खाली हाथ संसार में आता है तो खाली हाथ चलिया जाता है। नांगे आवना नांगे जाना, हर हुक्म भया क्या कीजे। हरी वाहिगुरु जी परमात्मा परमेश्वर जी का यो ही हुक्म है, वो हुक्म दे अगे किसी का जोर नहीं चल सकता। हर हुक्म भया क्या कीजे, फिर की करिया जा सकता है, भाव कुछ नहीं करिया जा सकता। मनुख की भावें जिनी मर्जी लोड़ होवे समाज नू देश नू धर्म नू परिवार नू, जदों अकाल पुरख वाहिगुरु जी का सद्दा आ जाता है, वह हुक्म आ जाता है, तो वो हुक्म के अगे फिर साडा कोई जोर नहीं चलता, क्योंकि असी वो हुक्म के आए हाँ तो वो हुक्म के असी जगत के रह रहे हैं, वो हुक्म के असी तुर जाना। फिर जो जपजी साहब पढ़ते आप महाराज ने हुक्म का किन्नी विस्थार व्याख्या की है, हुक्मी होवन आकार, हुक्म ना कहे आ जाई, हुक्मी होवन जी, हुक्म मिलै वडियाई, हुक्मी उत्तम नीच, हुक्म लिख दुख सुख पाई है। एक ना हुक्मी बख्शीश एक हुक्मी सदा पवाई है, हुक्म अंदर सब को बाहर हुक्म ना कोए, हुक्म अंदर सब को सब कोई आप हुक्म के अंदर चल रहे हैं, बाहर हुक्म ना कोए, वो हुक्म तो बाहर कुछ नहीं आप कर सकते। वो हुक्म के आए हाँ कि वो हुक्म के ज्यों रह रहे हैं इस धरती से, जिते वह हुक्म आ गया तो उदे ही फिर अपने चले जाने। जोर ना जीवन मरन नह जोर, जीवंदे रहना ये भी साढ़े अपने बस में नहीं है। किन्ने लोकी हैं जेडे दुखी ने, कोई मन करके शांत है, कोई रोगी है, बिलकते ने रब्बा चुक लै मौत आ जाए पर नहीं आती मौत। मरना है जोर, जीवंदे रहना भी साढ़े अपने बस में नहीं, मर जाना भी अपने बस में नहीं। उहदे हुक्म दे विच आए हाँ, हुक्म दे विच रह रहे हाँ, तो उहदे रत्ती हुक्म दे विच ही तुर जाना है। फिर सानू करना की चाहिए, असीं उहदे हुक्म नूं समझण दा जतन करिए। नानक हुक्म है जे बुझै, जे उहदे हुक्म नूं बुझ लवे, जे वाहिगुरू दे हुक्म नूं समझ लवे, तां होमै कहै ना होए। गुरु नानक साहब जी कहते हैं फिर बंदा मैं नहीं करता, मेरी मेरी नहीं करता। जे वो हुक्म नू समझ लवे, आया हुक्म दे विच है, रहे हुक्म विच रहे, तो जाएगा भी हुक्म दे विच, पर हुक्म नू समझ नहीं रहा, हुक्म नू बुझ नहीं रहा, हुक्म नू जान नहीं रहा। नांगे आवना नांगे जाना, हर हुक्म भया, कहते वाहिगुरु जी का हुक्म है, क्या कीजै की कर सकता है, जिसकी वस्त सोई लै जाएगा। जिस वाहिगुरु जी की वस्तु है आत्मा, जिन्हें इस मिट्टी के पंज तत्तां ने शरीर के आत्मा पाई है, वास्तव के शरीर भी उसका है, आत्मा भी उसकी है, प्राण भी उसे ने दिते हुए ने, है सब कुछ उसे ही, पर मनुख समझ बैठा भी मैं मेरा शरीर मेरा परिवार मेरा बिजनेस है, शरीर ओदा आत्मा रूह भी ओदी है, जियो पाए पिंड जिन साजिया,
जिंद पा के रूह पा के ये शरीर पिंड भाग साज दिता दिता पहनण खाण खाण दे लई पहनण दे लई सारियां दातां वाहिगुरू जी ने दे दित्तियां है उसे दा जीओ पिंड सब तुमरी रास असी गुरबाणी दे नाल जुड़ के अपनी सुरत नूं गुरबाणी नाल जोड़ के इस रब्बी हुक्म दे भेद नूं समझणा है जिसकी वस्त सोई लै जाएगा जिहदी वस्तु है रूह जिन्हें शरीर दे विच रूह नूं भेजिया उही लै जांदा है जिसकी वस्त सोई लै जाएगा हर रोज़ हुक्म वाहिगुरू जी का आ जाता है मौत कह लईए ना भी मौत जो आती है मौत ना दिन वेखदी है तो ना रात वेखदी है ना कोई थित वेखदी है ना कोई वार अजे कई जिम्मेवारियां बाकी ने कम करने क्योंकि मौत भी वो हुक्म दे विच आउंदी है वो जो समा आ जाता है सवास मुक जाते ने अगे कि शरीर क्यों अगे चलिया गया रोड़ा उपर की गड्डिया में बह के आए ना किन्ने अड्डे पिंड आते हैं नगर शहर आते हैं पैदा तय हो जाता है साड़ी रूह साड़ी आत्मा जो तो वाहिगुरू ने सृष्टि साड़ी आत्मा की ये कंज है जिहड़ा साड़ा शरीर है जदों रूह शरीर के विचों लिकड़ जाती है चली जाती है शरीर पूरा हो जाता है शरीर के राही रूह अगे लिकड़ जाती है अगे गुजर जाती है पर रूह का सफ़र फिर भी नहीं मुकदा शरीर का सफ़र माता की कुख तो शुरू होता है यात्रा शुरू हुई शमशान घाट में जाके समाप्त हो जाती है पर रूह का जिहड़ा सफ़र है ये बड़ा लम्मा है शरीर खत्म हो जाता है शरीर कोई अग ते रख के लकड़ा में अग्न भेट कर दिता है कोई कबर फुट के मिट्टी में दब दिता है कोई पानी में तैर दिता है कई काम से खा जाते हैं नानके बना जापई कितें जाए समाए वो निकल के किधर चलिया गया कितें चलिया गया आम भाई इस गल को कोई दूजा नहीं जान सकता या फिर भजन सिमरन बंदगी करने वाले अपनी मंजिल तैयार कर ली इस रूह की मंजिल की है रब रब दे विच जाके ही इस रूह का सफर पहला खत्म होता है जिन्ना चिर वो तक नहीं पहुँचती है बस तुरदा ही रहना है तुरदा ही रहना है चले ही जाना है राम साहब सत्सरवान करो राम कली आनंद ओंकार राग रतन सरवान परिया शब्द गाया जन नानक आनंद हो सतगुरु मैं पाया Come on, yeah.
ਸਕਾਲ ਨਾਨਕ ਤੇ ਮੁਖੀ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਕੇ ਮੁਸਕਤ ਕਾਲ ਨਾਨਕ ਤੇ ਮੁਖੀ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅਰਦਾਸ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਭਗਵਤੀ ਜੀ ਸਹਾਈ ਬਾਤ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਾ ਸ੍ਰੀ ਪ੍ਰਥਮ ਭਗਵਤੀ ਸਿਮਰਤ ਗੁਰੂ ਨਾਨਕ ਨਹੀਂ ਧਿਆਈ ਗੋਬਿੰਦ ਨੂੰ ਸਿਮਰਹੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨਾਉਣ ਤੇ ਆਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਮ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾਰਾਂ ਜੀ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੀਆਂ ਖੱਜੀਆਂ ਜਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਸੁਣ ਕੇ ਅੰਮ੍ਰਿਤ ਕੀਤਾ ਇਹਨਾਂ ਪਿਆਰਿਆਂ ਸਿਧਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਦਿੱਤੇ ਬੰਦ ਬੰਦ ਕਟਵਾਏ ਪੁੱਠੀਆਂ ਥੱਲਾ ਲਹਾਈਆਂ ਖੋਪਰੀਆਂ ਤਰਵਾਈਆਂ ਚਰਖਰੀਆਂ ਟੇਚਾਂ ਏਕਾਂ ਗੁਰਦੁਆਰੇ ਦੀ ਸੇਵਾ ਸੰਭਾਲ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਹ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜੇ ਤਖਤ ਸਾਹਿਬਾਨ ਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਨ ਤਾਂ ਸਦਕਾ ਸਭ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹੇ ਤਹਾਂ ਤਹਾਂ ਰਚਿਆ ਰਿਆਤ ਦੇਖ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਅਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਝੰਡੇ ਆਦ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਾਤਰੀਮਾ ਮੱਤ ਮੁਕਤੀ ਮੱਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੋਵਣ ਹੇ ਪੰਥ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਕਿਰਪਾ ਕਰਕੇ ਮਨਜ਼ੂਰ ਕਰ ਲੈਣੀ ਪਾਤਸ਼ਾਹ ਜੀ ਉਹ ਆਦਮੀ ਦਾ ਫਰਮਾਨ ਹੈ ਜਿਹਾ ਜੀ ਲਿਖਿਆ ਤੇਹਾਂ ਹੁਕਮ ਕਮਾਹੇ ਭਲੇ ਆਵ ਹੈ ਨਾਨਕਾ ਸਦੈ ਉੱਠੀ ਜਾਏ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ ਦੇ ਮਹਾਂਵਾਕਾ ਅੰਤਰ ਪਾਤਸ਼ਾਹ ਜੀ ਉਹ ਆਪ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਸਵਾਸਾ ਰੂਪੀ ਪੁੰਜ ਨੇ ਭੁਗਦਿਆਂ ਹੋਇਆ ਆਪ ਜੀ ਦੇ ਦਰ ਧਰਦੇ ਵਿਦਵਾਨ ਸਰਬਾਸੀ ਭਾਈ ਸਾਹਿਬ ਭਾਈ ਗੁਰੂ ਸਿੰਘ ਜੀ ਬੇਦੀ ਆਪ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਸਵਾਸਾ ਰੂਪੀ ਪੁੰਜ ਨੂੰ ਭੁਗਦਿਆਂ ਹੋਇਆ ਪਾਤਸ਼ਾਹ ਜੀ ਇਸ ਲੋਕ ਚੋਟ ਪ੍ਰਲੋਕ ਗਮਨ ਕਰਕੇ ਸੰਤ ਪਾਤਸ਼ਾਹ ਜੀ ਉਹਨਾਂ ਦੀ ਆਤਮ ਪਛਾਣਤੀ ਨੂੰ ਮੁੱਖ ਰੱਖਦੇ ਹਾਂ ਵਿਚਰੀ ਹੋਈ ਜੀਵ ਆਤਮਾ ਦੇ ਭਲੇ ਦੀ ਖਾਤਰ ਸਮੂਹ ਵੇਦੀ ਪਰਿਵਾਰ ਵੱਡੇ ਸੋਚਿਆਂ ਨੇ ਰਲ ਮਿਲ ਪੱਤਰ ਹੋ ਕਰਕੇ ਪਾਤਸ਼ਾਹ ਜੀ ਉਗਰਹਿ ਵਿਖੇ ਕੀ ਰੋਜ਼ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾ ਕੇ ਅੰਮ੍ਰਿਤ ਵੇਲੇ ਭੋਗ ਪਾਏ ਜਾ ਚੁੱਕੇ ਹਨ ਪਾਤਸ਼ਾਹ ਜੀ ਭੋਗਾਂ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵਿੱਚ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਜੀ ਦੇ ਵਰਸਾਏ ਜੱਥਿਆਂ ਦੇ ਵੱਲੋਂ ਗੁਰਬਾਣੀ ਦੇ ਕਥਾ ਕੀਰਤਨ ਵਿਖਿਆਮ ਵਿਚਾਰਾਂ ਹੋਈਆਂ ਹਨ ਪਾਤਸ਼ਾਹ ਜੀ ਉਹ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਕਥਾ ਕੀਰਤਨ ਵਿਚਾਰਾਂ ਕਰਦੇ ਹਾਂ ਹੋਈਆਂ ਪਾਤਸ਼ਾਹ ਜੀ ਇਤਨੀ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਪਾਤਸ਼ਾਹ ਜੀ ਉਹ ਆਪਣੇ ਅਣਜਾਣ ਬੱਚੇ ਬੱਚਿਆਂ ਸਮਝ ਕੇ ਮਾਫ਼ ਕਰਨਾ ਪਾਤਸ਼ਾਹ ਜੀ ਉਹ ਬਾਣੀ ਬੜੀ ਸੁਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ ਬਾਣੀ ਬੜੀ ਸੁਣੀ ਦਾ ਭਾਵ ਕਥਾ ਕੀਰਤਨ ਵਿਚਾਰਾਂ ਦਾ ਭਾਵ ਵਿਛੜੀ ਹੋਈ ਜੀਵ ਆਤਮਾ ਸਰਬਵਾਸੀ ਭਾਈ ਗੁਰਮੁਖ ਸਿੰਘ ਬੇਦੀ ਜੀ ਰੂਹ ਨੂੰ ਪ੍ਰਾਪਤ ਕਰਾਉਣਾ ਪਾਤਸ਼ਾਹ ਜੀ ਜੰਮਣ ਮਰਨ ਦੇ ਚੱਕਰ ਤੋਂ ਮੁਕਤ ਕਰਕੇ ਪਾਤਸ਼ਾਹ ਜੀ ਉਹ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਰਹਿੰਦੇ ਹੋਏ ਪਰਿਵਾਰ ਨੂੰ ਭਾਣਾ ਮਰਨ ਦਾ ਬਲ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਪਰਿਵਾਰ ਦੇ ਸਿਰ ਦੇ ਉੱਤੇ ਲਹਿਰਾਂ ਦਾ ਪ੍ਰਯਤ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਪਰਿਵਾਰ ਦੀ ਸੇਵਾ ਕੀਤੀ ਹੋਈ ਪਰਿਵਾਰ ਕਰਨੀ ਭੋਗਾਂ ਦੇ ਸੰਬੰਧ ਮੁੱਖ ਰੱਖਦੇ ਹਾਂ
ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਸਭ ਦੀਆਂ ਹਾਜ਼ਰੀਆਂ ਤਿਲਕੁਲ ਭੇਟਾਵਾਂ ਦਰਸੇ ਪ੍ਰਵਾਨ ਕਰ ਲੈਣੀਆਂ। ਪਰ ਸਹਿ ਜੀਓ ਚੱਲੇ ਹੋਏ ਕਦਮ ਕਦਮ ਸਵਾਸ ਸਵਾਸ ਲੇਖੇ ਦੇ ਵਿੱਚ ਲਾ ਲੈਣੇ। ਪਾਤਸ਼ਾਹ ਜੀ ਬਿਰਧੀ ਪਰਿਵਾਰ ਦੇ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਬਖਸ਼ਿਸ਼ ਕੀਤੇ ਭੰਡਾਰਿਆਂ ਦੇ ਵਿੱਚੋਂ ਪਾਵਨ ਪਵਿੱਤਰ ਤੜਾ ਪ੍ਰਸ਼ਾਦਕੀਆਂ ਦੀਆਂ ਸਦਕੇ ਹਾਜ਼ਰ ਨੇ ਪਾਤਸ਼ਾਹ ਜੀ ਕਰੀਮ ਪਾਕਿਸਤਾਨ ਸੋਚ ਪਵਿੱਤਰਾ ਹੁਣ ਲੱਭ ਹੋ ਭੋਗਨ ਰਾਏ ਲਗੇ ਭੋ ਸੰਗਤਾਮ ਦੇ ਵਿੱਚ ਵਰਤਾਉਣ ਦੀ ਆਗਿਆ ਹੋਵੇ। ਪਾਤਸ਼ਾਹ ਜੀ ਉਹ ਕਰੋ ਕਿਰਪਾ ਆਈਆਂ ਗੁਰਸਿੱਖ ਸੰਗਤਾਂ ਨੂੰ ਕਰੋ ਘਰੋਂ ਦਰਗਾਹੀ ਅਲਾਹੀ ਹੁਕਮਨਾਮੇ ਸਭ ਬਖਸ਼ ਕੇ ਕਰਤਾਰ ਕਰੋ ਪਰਾ ਹੁਕਮਨਾਮਿਆਂ ਦੇ ਚੱਲਣ ਦੀ ਸਮਰੱਥਾ ਬਖਸ਼ੋ ਜੀ। ਸਿਆਹੀ ਪਿਆਰੇ ਬੇਲ ਜਿਨ ਮਿਲਿਆ ਆਪ ਜੀ ਦਾ ਹੀ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗ ਹੈ ਜੋ ਸ਼ਰਧਾ ਕਰ ਸਿਮਦੇ ਜੋ ਸ਼ਰਧਾ ਕਰ ਸਿਮਦੇ ਬੋਲੇ ਸੋਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਣਾ ਫਕੀਰ ਵਾਰੀ ਆਪੋ ਆਪਣੀ ਸਲੋਕ ਦਇਆ ਕਰਨ ਦੁੱਖ ਹਰਣ ਉਤਰਣ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਪਾਇਆ ਦਇਆ ਕਰਨ ਦੁੱਖ ਹਰਣ ਉਤਰਣ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਪਾਇਆ ਆਪ ਜਿਨੋ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭੈ ਦਇਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ ਨਿਰਮਲ ਭਏ ਸਰੀਰ ਜਨ ਤੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਵਾਇਆ ਰਿਸ਼ਤੇਦਾਰ ਦੋਸਤ ਮਿੱਤਰ ਸਖੇ ਸੰਬੰਧੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲਿਆਂ ਦੀ ਕੰਠ ਦੇ ਵਿੱਚੋਂ ਰਸ ਤੇ ਨਾਲ ਕੀਰਤਨ ਸੁਣਿਆ
रागी सिंह ने गुरु महाराज नाल जोड़न वास्ते कीर्तन किया। जिमें कि पता है पिछले दिन सरदार गुरमुख सिंह जी अकाल चलाना कर गए। जो जीव इस धरती से आया, इस जगत के बिच आया, उसने जरूर जाना है। सरदार गुरमुख सिंह जी बेदी 60 वर्ष की उम्र भोग के इस संसार को अलविदा कह गए। उन्होंने परिवार, उन्होंने सगे संबंधी, जिमें कि पता ही है भी पूरा बेदी परिवार एक समाज सेवक परिवार है। साढ़े शहर लहरा गागा के उमें ही इन्हों का एक परिवार कनेडा के बसया होया है। जिस तरह लहरा गागा के पूरा परिवार सेवा करता, उस तरह कनेडा के रेंदे हुए वो परिवार भी इन्हों भाई साहब और सरदार मनजीत सिंह और वो भी समाज सेवा को समर्पित ने। कोई भी बच्चा, कोई भी मित्र प्यारा इस इलाके का उत्थे जाता है, उसकी बांह फड़ते ने, उसको हौसला देंगे ने, उसको कारोबार के फिट करते हैं। इतने रेंदे हुए परिवार सरदार इंद्रजीत सिंह जी बेदी, त्रिलोचन सिंह जी बेदी, उन्होंने बेटे प्रदीप किट्टी जी, बाकी बेदी परिवार सारा गुरु महाराज के लड़ लग्या होया है। गुरु महाराज की सेवा करते, जिमें कि बाबा जी ने दसा गुरजीत सिंह जी ने। और जदों भी कोई धार्मिक समाजिक काम लहरे गागे के होंगे है तो इस परिवार का हमेशा ही योगदान रहा है। जितों तक गुरमुख सिंह जी का सवाल है, उन्होंने अपना कारोबार, अपनी दुकानदारी, अपना मिल वर्तन सीमित रख्या होया सी। जिन्हें भी लोगों वो मिलते गिलते बड़े प्यार के सत्कार मिलते, बड़े अवसर के तरीके मिलते, जिते कि उन्होंने एक जिम्मेवारी रह गई, उत्थे एक उन्होंने बड़ी जिम्मेवारी अपनी बेटी को सौंप दिया गया है बड़े चंगे परिवार के। और थोड़े दिन बाद आस्ट्रेलिया उन्होंने जाना भी सी, पर जो गुरु महाराज की कृपा है, जो गुरु महाराज की लिखता, वो तो आप दूर नहीं हो सकते। सो परिवार वालों जिसे हुक्म होया भी कोई बहुते बुलाया नहीं बुला, क्योंकि आप रोज़ ही समाजी कुप कलां वाले वो भी विशेष तौर पर पहुँचे ने। और जो संस्थावां साढ़े को शोक संदेश लेके आई ने, इंपलाई फैडरेशन पंजाब राज बिजली बोर्ड, गौशाला कमेटी, गरीब परिवार फंड लहरा गागा जो धर्मशाला बनी हुई है, महादेव मंदिर बखोरा कलां, बेसहारा लोक मंच लहरा गागा, मुनीम एसोसिएशन लहरा गागा, रिटेल करियाना मर्चेंट एसोसिएशन लहरा गागा, भारतीय जनता पार्टी लहरा गागा, श्रोमणी अकाली दल शहरी नरेंद्र नीटू जी, और विशेष तौर पर शहीद भगत सिंह जी अकैडमी दिलबा, सरदार गुरमेल सिंह जी कोच साहब वो भी पहुँचे ने, उन्होंने साथी परमेश्वर द्वार गुरमत प्रचार सेवा दल लहरा गागा वो भी पहुँचे ने। तो सबनों इस दुखदी घड़ी के शरीक होने के परिवार वालों जिते जिया कह देंदा धन्यवाद किया जाता है, क्योंकि दुख के जो असं शरीक होंगे तो परिवार का दुख ऐटोमैटिक घट जाता है। सो परिवार वालों हुक्म होया है भी संत बाबा गुरजीत सिंह जी एक मिनट वास्ते आईया संगतों का परिवार वालों धन्यवाद करेंगे। संत बाबा गुरजीत सिंह जी का दोस्त मित्र रिश्तेदार का राजसी पार्टिया के आगू साहबान का बिना नाम ले सारी संगत का बहुत बहुत धन्यवाद करते हैं इस परिवार वालों कि इस दुख की घड़ी के शरीक हो।
कोई भी माई भाई प्रशादा पानी छकन के नहीं रह गया हो गए, कृपा करके परिवार वालों बेनती है भी छके जाना। चाह का लंगर इस तुम बाद तैयार है, चाह भी छके जानी है। हूँ गुरु महाराज की देख बरतूगी, उस तो बाद चाह पानी के प्रशादे पानी का लंगर तैयार है, छके जाना। बहुत बहुत धन्यवाद। वाहिगुरु जी का खालसा, वाहिगुरु जी की फतेह। एक भी सेवा है वो नाल कृपा करके करवाउण, क्योंकि संगत ने एकदम उठ जाना हुंदा है, फिर देग है जो बनी है वो देग वाधू पई रही है, बरताई नहीं जाती। इस करके बेनती है कि पंचायत सिंह आ जाण कृपा करके अपने आप, ते देग की सेवा साडे नाल करवाउण, ते जिन्हां ने